ਸਾਡੇ ਦਰਸ਼ਕ ਸਾਨੂੰ ਆਪਣੀਆਂ ਫਰਮਾਇਸ਼ਾਂ ਲਿਖ ਕੇ ਭੇਜਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦੀ ਫਰਮਾਇਸ਼ਾਂ ਦੇ ਉੱਪਰ ਵੱਖ-ਵੱਖ ਕਲਾਕਾਰਾਂ ਨਾਲ ਗਾਇਕਾਂ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਂਦੇ ਰਹਿੰਦੇ ਆ ਪਰ ਪਿੱਛੇ ਜੇ ਸਾਡੇ ਦਰਸ਼ਕਾਂ ਨੇ ਸਾਨੂੰ ਮਿੱਠੀਆਂ-ਮਿੱਠੀਆਂ ਸ਼ਿਕਾਇਤਾਂ ਲਿਖ ਕੇ ਭੇਜੀਆਂ ਤੇ ਉਹ ਸ਼ਿਕਾਇਤਾਂ ਸਿੱਗੀਆਂ ਕਿ ਅਸੀਂ ਗਾਇਕਾਂ ਨਾਲ ਤੇ ਮੁਲਾਕਾਤ ਕਰਵਾਉਂਦੇ ਆ ਪਰ ਕਦੇ ਵੀ ਕਿਸੇ ਵਾਅਦਾ ਕਲਾਕਾਰ ਦੇ ਨਾਲ ਮੁਲਾਕਾਤ ਨਹੀਂ ਕਰਵਾਈ ਕਿ ਜਿਹਦੇ ਬਗੈਰ ਇੱਕ ਗਾਇਕ ਵਾਕਈ ਅਧੂਰਾ ਹੈ ਤੇ ਅਸੀਂ ਅੱਜ ਤੁਹਾਡੀ ਮੁਲਾਕਾਤ ਇੱਕ ਬੜੇ ਪ੍ਰਸਿੱਧ तबला वादक नल करवा रहे हैं जिन्हों का नाम है श्री काले राम जी। हाँ जी काले राम जी अज अ कुछ गल् साझिया करेंगे साढ़े दर्शक काफ़ी उत्सुक रहते हैं देख मीनस देखने च भी तो सुनने भी कि तुसी किस किस दौर तो गुजर के जेड़े मुकाम ते तुसी आज हो पहुंचे। शुक्रिया सुषमा जी मैं ते अपने आप नू बड़ा खुशकिस्मत समझदा कि तुसी मैनू इस योग समझे। नहीं नहीं सब तो पहले दसो कि तुसी थोड़ा सफर कदों किस तरह शुरू हो? जी बचपन तो ही शुरू हो गया सीगा 7-8 साल दी उम्र तो ही। नहीं पर ऐसा नहीं किस तरह लगा कि एक ऐसी फील्ड है जिधर वैसे तो सी बनने हो? जी पता नहीं कुछ कुदरती कुछ अंदर इस तरह दा कुछ अंश है सन कि साढ़े बुजुर्ग भी संगीत के विद्वान ते सन भावे वह प्रोफेशन उन्होंने नहीं सी हैगा उन्होंने कोई कितने भी संगीत हो रहा हों उत्थे उन्होंने जाना जरूरी हों सारे काम छड़ के भी तो मैं वो ना लैके जाते मेरा भी टेस्ट इदा का सी तो जो ज़्यादा मैं भी देखे उन्होंने तो फिर मैं भी इधर ही ज़्यादा उन्होंने धकेल पूरा मीन ਉਹਨੇ ਤੁਹਾਨੂੰ ਇਨਕਰੇਜ ਕੀਤਾ ਪੂਰਾ ਜੀ ਪ੍ਰੇਰਣਾ ਦਿੱਤੀ ਕਿ ਹਾਂ ਹਾਂ ਇਹ ਲਾਈਨ ਤੁਹਾਡੇ ਵਾਸਤੇ ਠੀਕ ਹੈ ਤੇ ਤੁਸੀਂ ਇਹਨੂੰ ਅਪਣਾ ਲਓ। ਹਾਂ ਜੀ ਬਿਲਕੁਲ ਜੀ ਠੀਕ ਤੇ ਫਿਰ ਤੁਸੀਂ ਜਿਹੜੀ ਇੱਕ ਜਿਹੜੀ ਆਮ ਇੱਕ ਸਾਡੀ ਪੜ੍ਹਾਈ ਹੁੰਦੀ ਹੈ ਜਿਹੜੀ ਪਹਿਲੀ ਦੂਸਰੀ ਕਰਨੀ ਉਹਦੇ ਨਾਲ ਨਾਲ 뮤직 ਨਾਲ ਸ਼ੁਰੂ ਹੋ ਗਿਆ ਇਹ ਲਕਸ਼ਣ ਤੇ ਫਿਰ ਇੱਥੋਂ ਵੀ ਸਪਸ਼ਟ ਹੋ ਗਏ ਜੀ ਕਿ ਪੜ੍ਹਾਈ ਵਿੱਚ ਮੇਰਾ ਮਨ ਨਹੀਂ ਸੀ ਲੱਗਦਾ। ਅੱਛਾ ਅੱਛਾ ਤਾਂ ਤਬਲੇ ਵਿੱਚ ਜ਼ਿਆਦਾ ਬਚਪਨ ਤੋਂ ਠੀਕ ਹੈ ਇਸ ਕਰਕੇ ਫਿਰ ਪੜ੍ਹਾਈ ਵੀ ਜ਼ਿਆਦਾ ਨਹੀਂ ਮੈਂ ਕਰ ਪਾਇਆ ਤੇ ਤਬਲੇ ਦੀ ਸਿੱਖਿਆ ਬਚਪਨ ਤੋਂ ਲੈਣੀ ਸ਼ੁਰੂ ਕਰ ਦਿੱਤੀ। ਤੁਸੀਂ ਕਹਿੰਦੇ ਨਹੀਂ ਸੀ ਸਰ ਤੁਸੀਂ 8 ਜਾਂ 9 ਸਾਲਾਂ ਦੇ ਸੀ ਜੀ 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 ਤੇ ਤੁਸੀਂ ਕਿਹੜੇ ਕਿਹੜੇ ਤੁਹਾਡੇ ਉਸਤਾਦ ਸੀ ਜਿਨ੍ਹਾਂ ਦੇ ਕੋਲ ਤੁਸੀਂ ਮੈਂ ਤੇ ਬਸ ਸਕੂਲੋਂ ਆਉਂਦਾ ਸੀਗਾ ਤੇ ਬਸਤਾ ਸੁੱਟਿਆ ਤੇ ਫਟਾਫਟ ਸਾਡੇ ਪੜਾਉਸ ਤੇ ਉਸਤਾਦ ਬਾਵਾ ਲਲਿਤ ਕਿਸ਼ੋਰ ਜੀ ਰਹਿੰਦੇ ਸਨ ਅੰਮ੍ਰਿਤਸਰ। ਅੱਛਾ ਤਾਂ ਉਹ ਤਬਲੇ ਦੇ ਵਿਦਵਾਨ ਸਨ ਉਹਨਾਂ ਦੀ ਅਕੈਡਮੀ ਮੈਂ ਚਲੇ ਜਾਂਦਾ ਸੀਗਾ। ਅੱਛਾ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਨਾਂ ਕੋਲੋਂ ਮੈਂ ਮੁੱਢਲੀ ਸਿੱਖਿਆ ਜਿਹੜੀ ਹੈ ਉਹਨਾਂ ਕੋਲੋਂ ਲਿੱਤੀ। ਤੇ ਤੁਸੀਂ ਮੀਨਸ ਕਿਹੜੀ ਉਮਰ ਦੇ ਵਿੱਚ ਸਭ ਤੋਂ ਪਹਿਲੀ ਸਟੇਜ ਪਰਫਾਰਮੈਂਸ ਦਿੱਤੀ? ਵੈਸੇ ਤੇ ਸਕੂਲ ਦੀ ਸਟੇਜ ਦੇ ਵਿੱਚ ਮੈਂ ਬਚਪਨ ਤੋਂ ਹੀ ਸੀਗਾ ਫਿਰ ਮੇਰਾ ਖਿਆਲ ਹੈ ਕਿ 15-20 ਸਾਲ ਦੇ ਦਰਮਿਆਨ 'ਚ ਹੀ ਸੀਗੀ ਮੇਰੀ ਉਮਰ ਜਦੋਂ ਕਿ ਮੈਂ ਸ਼੍ਰੀਮਤੀ ਲਕਸ਼ਮੀ ਸ਼ੰਕਰ ਜੀ ਸ਼੍ਰੀਮਤੀ ਪ੍ਰਵੀਨ ਸੁਲਤਾਨਾ ਜੀ ਉਹਨਾਂ ਦੇ ਨਾਲ ਮੈਨੂੰ ਇੱਦਾਂ ਦੇ ਉੱਚ ਸਤਰੀ ਕਲਾਕਾਰ ਹਿੰਦੁਸਤਾਨ ਦੇ ਨਾਲ ਸੰਗਤ ਕਰਨ ਦਾ ਸੌਭਾਗਿਆ ਪ੍ਰਾਪਤ ਹੋਇਆ ਸੀ। ਅੱਛਾ ਬਚਪਨ ਤੋਂ ਹੀ ਮੈਨੂੰ ਬਹੁਤ ਵੱਡੀ ਮੈਂ ਇਹਨਾਂ ਨੂੰ ਉਪਲਬਧੀਆਂ ਸਮਝਦਾ ਇੱਦਾਂ ਦੇ ਫਿਰ ਉਹਨਾਂ ਨੇ ਇਨਕਰੇਜ ਵੀ ਕੀਤਾ ਫਿਰ ਸਿਰਫ ਇੱਕ ਮੇਰੇ ਵਾਸਤੇ ਬੜੀ ਖੁਸ਼ੀ ਦੇ ਇੱਕ ਲਕਸ਼ਣ ਸਨ ਕਿ ਉੱਦਾਂ ਦੇ ਜਿਹੜੇ ਇਸ ਲੈਵਲ ਦੇ ਸੰਗੀਤਕਾਰ ਔਰ ਆਰਟਿਸਟ ਹੈਗੇ ਨੇ ਉਹਨਾਂ ਨੂੰ ਲੱਖਾਂ ਰੁਪਇਆ ਵੀ ਉਹਨਾਂ ਦੇ ਵਾਸਤੇ ਕੁਛ ਵੀ ਨਹੀਂ ਹੈ ਆਪਣੀ ਇੱਜ਼ਤ ਤੋਂ ਜ਼ਿਆਦਾ ਕੁਛ ਵੀ ਉਹਨਾਂ ਨੂੰ ਪ੍ਰਿਯ ਨਹੀਂ ਹੈਗਾ ਤੇ ਦੂਸਰੀ ਵਾਰੀ ਆਪਣੇ ਨਾਲ ਉਹੀ ਬੁਲਾਉਂਦਾ ਜਾਂ ਬਿਠਾਉਂਦਾ ਹੈ ਜਿਹਨੂੰ ਕੋਈ ਇੱਕ ਵਾਰੀ ਪਸੰਦ ਉਹ ਆਪਣਾ ਇਹ ਕਿਸੇ ਵੀ ਕੀਮਤ 'ਤੇ ਰਿਸਕ ਨਹੀਂ ਕਲਾਕਾਰ ਲੈਂਦਾ ਕਿ ਮੇਰੀ ਪਰਫੋਰਮੈਂਸ ਖਰਾਬ ਹੋ। ਬਿਲਕੁਲ ਠੀਕ ਹੈ ਹਾਂਜੀ ਤੇ ਫਿਰ ਮੈਂ ਇਹ ਲਕਸ਼ਣ ਮੈਨੂੰ ਜਦੋਂ ਸਾਬਤ ਹੋਏ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇੱਦਾਂ ਦੇ ਕਲਾਕਾਰਾਂ ਨੇ ਮੈਨੂੰ ਫਿਰ ਬਾਅਦ 'ਚ ਬੜੀ ਦੇਰ ਤੱਕ ਪ੍ਰੈਫਰ ਕੀਤਾ ਔਰ ਹੁਣ ਤੱਕ ਵੀ ਐਸਾ ਸੁਭਾਗ ਉਹਨਾਂ ਦੇ ਨਾਲ ਮਿਲਦਾ ਹੀ ਰਹਿੰਦਾ ਹੈ ਸੰਗਤ ਦਾ। ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੇ ਪਰਫਾਰਮ ਕਰ ਚੁੱਕੇ ਹੋ? ਮੈਂ ਤਾਂ ਆਪਣੇ ਕੰਟਰੀ ਚ ਵੀ ਤਾਂ ਤੇ ਬਾਹਰਲੇ ਦੇਸ਼ਾਂ ਚ ਫੋਰਨ ਚ ਤਾਂ ਮੈਂ ਜੀ ਅਮਰੀਕਾ ਕੈਨੇਡਾ ਕਾਫੀ ਵੱਡੇ ਸ਼ਹਿਰਾਂ ਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਇੱਥੇ ਆਪਣੇ ਹਿੰਦੁਸਤਾਨ ਚ ਵੀ ਬੰਬੇ ਕਲਕੱਤਾ ਮਦਰਾਸ ਕੋਈ ਵੀ ਸਾਰੇ ਇੰਦੌਰ ਵਗੈਰਾ ਸਭ ਵੱਡੇ ਵੱਡੇ ਸੰਗੀਤ ਸੰਮੇਲਨਾਂ ਚ ਮੈਨੂੰ ਬਜਾਣ ਦਾ ਸੁਭਾਗ ਪ੍ਰਾਪਤ। ਤੇ ਤੁਸੀਂ ਇਹਦੀਆਂ ਮੀਨਸ ਸੋਲੋ ਪਰਫਾਰਮੈਂਸਸ ਦਿੱਤੀਆਂ ਕਿ ਜਾਂ ਕਿਸੇ ਦੀ ਸੰਗਤ? ਸੰਗਤ ਬੜੇ ਹਿੰਦੁਸਤਾਨ ਦੇ ਗ੍ਰੇਟ ਆਰਟਿਸਟ ਜਿਹੜੇ ਆ ਵਿਦਵਾਨ ਪੂਜਨੀ ਆ ਮੇਰੇ ਵਾਸਤੇ ਹੈਗੇ ਨੇ ਤੇ ਉਹਨਾਂ ਦੇ ਨਾਲ ਮੈਨੂੰ
भी बड़ा शुभ अवसर मिलिया और बहुत बहुत बार मिलिया, जिस तरह के उस्ताद अमजद अली खान ने, पंडित हरि प्रसाद चौरसिया जी ने, पंडित जसराज जी ने जी, ते बेगम परवीन सुल्ताना ने, बीसों बार इन्हों के नाल। ये बड़ी खुशी की गल है कि इतों ये थोड़ा जहा महसूस होंगे है कि उही गल जी मैं पहले कह चुका हाँ। कि अगर उन्होंने थोड़ा बहुत सूट करता है दूसरी बार ता ही बैठा अवसर मिलता, नहीं तो वो इस तरह का ये कंप्रोमाइज कम से कम वो उदा के कलाकार नहीं करते। अच्छा दसो कि जिस तरह तुम काफ़ी अरसे तो बजा रहे हो, एक थोड़ा रोजी रोटी भी आई है कि खाली रूह की खुराक है? नहीं जी, ये फिर वो दसिया ना जी, जब सार बचपन तो ये सी गल, फिर उस तो बाद नाम ही लिता। अच्छा, फिर उस तो बाद मैं ऐसी चार ब्रदर है जी। अच्छा, चार तीन मेरे छोटे भाई ने, उन्होंने फिर यही शिक्षा दी। ठीक है, तो एज प्रोफेशन तो सी नॉट ना लेते जी, सारे जी अपनी अपनी जगह पे बड़ा पेट दिन खुराक है ये, तो रूह दी भी खुराक है ये। बिल्कुल जी। अच्छा, तो एनु जिस तरह की मींस एवरी चीजें दा कोई अंत कोई नहीं है, तो थोनू भी रोज प्रैक्टिस ता करनी पेंदी, रोज रियाज करना? पक्का जी। तो कितने घंटे थोनू सवेरे या केड़े जगह में थोनू टाइम मिलदा, कितने घंटे रोज? मिनिमम 5-7 घंटे ता डेली करना ही पैंदा जी। अच्छा, जदों तुसी इत्थे मतलब करना पैंदा नहीं, करीदा है, अजे तक ऐसी नौबत नहीं आई कि मजबूरी नहीं महसूस होंदी, खुशी नाल। अई मैं तुहानूं पुछणा सी, जदों तुसी 3 या 4 घंटे तबले दे उपर एक वारी आ जांदे हो या बजाना शुरू कर दे हो, उस वेले तुहाडी तुसी किहड़ी दुनिया च खो जांदे हो, किस तरह लगदा तुहानूं? ओ, इस तो अच्छा कुछ लगता ही नहीं जी। अच्छा। हाँ जी, जिस तरह कई रुचि होंगी है कि चलो चलिए गप छप मारीे है जी, कुछ थोड़ा जो तो फिर मेरा तो गप छप मारन दे विच ते सिर दर्द हो, तो ये तो मैं 4 घंटे भी लगातार बजांदा रहा, तो मैं थकदा नहीं है। मस्त हो जाते हो, मगन हो जाते हो, अगर कोई काम है, कोई जिम्मेदारी है, करते भी है, उस तो इलावा अगर फ्री है ना, तो फिर यही भूत सवार होंगे कि कदों या मैं तबले को चला जा, तो या तबला मेरे को इत्थे आ। चलो हुण तुसी तबले कोल हो, तबला तुहाडे कोल है, ते क्यों ना एक छोटी जी परफॉर्मेंस साडे दर्शकां वास्ते, जिन्हां दी फरमाइश ते तुसी इत्थे। जरूर जी, जरूर, ये तो मेरी बहुत खुशी की गल है, तुहाडी आग्या होवे ते। नहीं नहीं, बिल्कुल इस तरह नहीं। हां हां हां, जरूर, थोड़ा नगमा जरा बजा।
बाकी मजा आ गया मैं भी इतने थोड़ी देर बैठ के। मेहरबानी, थोड़ा बहुत बहुत शुक्रिया, मेहरबानी, थैंक यू।